ਸਾਡੇ ਭਟੂਰੇ ਚ ਐ ਨੇ ਕਿ ਸਾਡੇ ਭਟੂਰੇ ਓਇਲੀ ਨਹੀਂ ਹੈ, ਬਿਲਕੁਲ ਓਇਲੀ ਨਹੀਂ ਹੈਗੇ। ਤੁਸੀਂ ਖਾ ਕੇ ਦੇਖੋ ਕਿ ਤੁਹਾਨੂੰ ਫੀਲ ਨਹੀਂ ਹੋਗੀ ਤੁਸੀਂ ਛੋਲੇ ਭਟੂਰੇ ਦਾ ਬ੍ਰੇਕਫਾਸਟ ਕੀਤਾ। ਤੁਸੀਂ ਦੇਖ ਸਕਦੇ ਹੋ ਪੈਕਿੰਗ ਦੀ ਸਪੀਡ ਕਿੰਨੀ ਤੇਜ਼ ਹੈ ਇਹਨਾਂ ਦੀ, ਹੱਥ ਜਮਾ ਨਹੀਂ ਰੁਕਦਾ, ਨਾਲੋ ਨਾਲ ਕੰਮ ਵੱਧਦਾ ਜਾਂਦਾ। ਪੈਕਿੰਗ ਵੀ ਬੜੀ ਜ਼ਬਰਦਸਤ ਤਰੀਕੇ ਨਾਲ ਕੀਤੀ ਜਾਂਦੀ ਹੈ, ਬੋਕਸ ਦੇ ਵਿੱਚ ਤਾਂ ਕੁਛ ਵੀ ਲੀਕ ਨਾ ਹੋਵੇ। ਆਹ ਦੇਖ ਸਕਦੇ ਹੋ ਸਪੈਸ਼ਲ ਇਹਨਾਂ ਦੇ ਆਲੂ, ਆਹ ਸਪੈਸ਼ਲ ਪਹਾੜਗੰਜ ਵਾਲੇ ਛੋਲੇ, ਸਪੈਸ਼ਲ ਹਰੀ ਚਟਨੀ, ਨਾਲ ਜਿਹੜਾ ਗਾਜਰ ਦਾ ਅਚਾਰ ਹੈ ਜਿਹੜਾ ਆਪ ਸਪੈਸ਼ਲ ਮੇਕਿੰਗ ਕਰਦੇ ਨੇ ਇਹਦੀ, ਅਤੇ ਨਾਲ ਪਿਆਜ਼ ਹੈ ਜੀ। ਕਿਆ ਗੱਲਬਾਤ ਹੈ ਯਾਰ ਛੋਲਿਆਂ ਦੇ ਵਿੱਚ, ਇਹਦਾ ਕੋਈ ਮੁਕਾਬਲਾ ਨਹੀਂ। ਇਹ ਛੋਲੇ ਹੀ ਨੇ, ਇਹ ਭਟੂਰੇ ਹੀ ਨੇ ਜਿਨ੍ਹਾਂ ਨੇ ਇਹਨਾਂ ਨੂੰ 25 ਸਾਲ ਹੋ ਗਏ ਇੱਥੇ ਇਹਨਾਂ ਨੂੰ ਜਮਾ ਕੇ ਰੱਖਿਆ ਹੋਇਆ। ਤੇ ਆਓ ਆਪਾਂ ਤੁਹਾਨੂੰ ਸਰ ਨਾਲ ਬੁਲਾਉਂਦੇ ਹਾਂ ਕਿ ਜਿਨ੍ਹਾਂ ਨੇ ਇੰਨਾ ਵਧੀਆ ਆਈਡੀਆ ਲਿਆਂਦਾ ਕਿ ਜਿਹੜੇ ਭਟੂਰੇ ਨੇ ਉਹ ਤਲ ਕੇ ਨਹੀਂ ਸਗੋਂ ਸੇਕ ਕੇ ਦਿੱਤੇ ਜਾਣਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ ਸਰ। ਥੈਂਕ ਯੂ ਸਰ। ਸਰ ਅਸੀਂ ਤੁਹਾਨੂੰ ਬਹੁਤ ਵੈਲਕਮ ਕਰਦੇ ਹਾਂ। ਸਾਨੂੰ ਸਰ 25 ਸਾਲ ਹੋ ਗਏ ਭਟੂਰੇ ਇੱਥੇ ਸੇਲ ਕਰਦੇ ਹੋਏ। ਸਾਨੂੰ ਮੇਨ ਸਾਡੀ ਅਸੀਂ ਇੱਕ ਸ਼ੌਪ ਨੇ ਸਰ ਆਲ ਓਵਰ ਪੰਜਾਬ, ਅਤੇ ਤੁਸੀਂ ਬੈਠੋ ਟੇਸਟ ਕਰੋ। ਸਾਨੂੰ ਸਾਡੇ ਭਟੂਰੇ 'ਚ ਐ ਨੇ ਕਿ ਸਾਡੇ ਭਟੂਰੇ ਓਇਲੀ ਨਹੀਂ ਹੈ, ਬਿਲਕੁਲ ਓਇਲੀ ਨਹੀਂ ਹੈਗੇ। ਤੁਸੀਂ ਖਾ ਕੇ ਦੇਖੋ ਕਿ ਤੁਹਾਨੂੰ ਫੀਲ ਨਹੀਂ ਹੋਗੀ ਤੁਸੀਂ ਛੋਲੇ ਭਟੂਰੇ ਦਾ ਬ੍ਰੇਕਫਾਸਟ ਕੀਤਾ। ਸਾਡੀ ਲੱਸੀ ਟੇਸਟ ਕਰੋ, ਮਿੱਟੀ ਦੇ ਮਟਕੇ 'ਚ ਅਸੀਂ ਲੱਸੀ ਦਿੰਦੇ ਹਾਂ। ਅਤੇ ਹੋਰ ਤੁਸੀਂ ਸਾਨੂੰ ਸਰ 25 ਸਾਲ ਹੋ ਗਏ, ਬਾਕੀ ਤੁਸੀਂ ਟੇਸਟ ਕਰੋ। ਕਾਫੀ ਟਾਈਮ ਸਾਡੇ ਸਾਰੀ ਪ੍ਰਿਪਰੇਸ਼ਨ ਕਪੂਰਥਲੇ ਦੀ ਹੈ, ਤਾਂ ਸੇਮ ਅੰਕਲ ਅਵਲ ਅੰਕਲ ਦੇ ਹੱਥੋਂ ਸਾਰੀ ਪ੍ਰਿਪਰੇਸ਼ਨ ਉਹਨਾਂ ਦੇ ਹੱਥ ਵਿੱਚ ਹੀ ਹੈ। ਅਸੀਂ ਆਪਣੇ ਵੱਲੋਂ ਬੈਸਟ ਵੀ ਬੈਸਟ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਪੈਕਿੰਗ ਦੀ ਸਪੀਡ ਕਿੰਨੀ ਤੇਜ਼ ਹੈ ਇਹਨਾਂ ਦੀ, ਹੱਥ ਜਮਾ ਨਹੀਂ ਰੁਕਦਾ, ਨਾਲੋ ਨਾਲ ਕੰਮ ਵੱਧਦਾ ਹੀ ਜਾਂਦਾ। ਪੈਕਿੰਗ ਵੀ ਬੜੀ ਜ਼ਬਰਦਸਤ ਤਰੀਕੇ ਨਾਲ ਕੀਤੀ ਜਾਂਦੀ ਹੈ, ਬੋਕਸ ਦੇ ਵਿੱਚ ਤਾਂ ਕੁਛ ਵੀ ਲੀਕ ਨਾ ਹੋਵੇ। ਤਾਂ ਹੁਣ ਆਪਣੀ ਪਲੇਟ ਲੱਗਣ ਜਾ ਰਹੀ ਹੈ। ਸਭ ਤੋਂ ਪਹਿਲਾਂ ਆ ਗਏ ਇਹਨਾਂ ਦੇ ਅਚਾਰ ਦੇ ਨਾਲ ਪਿਆਜ਼, ਹੁਣ ਆ ਗਏ ਆਪਣੇ ਇਹਨਾਂ ਦੇ ਸਪੈਸ਼ਲ ਜਿਹੜੇ ਮਸਾਲੇ ਵਾਲੇ ਆਲੂ, ਜਿਹੜੇ ਇਹਨਾਂ ਦੇ ਮੇਨ ਪਹਾੜਗੰਜ ਵਾਲੇ ਛੋਲੇ, ਜੋ ਕਿ ਦੇਖੋ ਕਿਆ ਰੰਗਤ ਹੈ ਜੀ ਇਹਨਾਂ ਦੇ, ਓਏ ਹੋਏ ਕਿਆ ਹੀ ਗੱਲਬਾਤ ਹੈ। ਇਹਦੇ ਉੱਪਰ ਸਪੈਸ਼ਲ ਨਾਲ ਗ੍ਰੀਨ ਚਟਨੀ ਇਹਨਾਂ ਦੀ, ਪਲੇਟ ਲਾ ਕੇ ਤਿਆਰ ਹੈ ਜੀ। ਆਹ ਆਪਾਂ ਰਿਵਿਊ ਕਰਦੇ ਨਾਲ ਦੱਸਦੇ ਹਾਂ ਵੀ ਕਿੱਦਾਂ ਦੇ ਨੇ। ਆਹ ਦੇਖ ਸਕਦੇ ਹੋ ਸਪੈਸ਼ਲ ਇਹਨਾਂ ਦੇ ਆਲੂ, ਆਹ ਸਪੈਸ਼ਲ ਪਹਾੜਗੰਜ ਵਾਲੇ ਛੋਲੇ, ਸਪੈਸ਼ਲ ਹਰੀ ਚਟਨੀ, ਨਾਲ ਜਿਹੜਾ ਗਾਜਰ ਦਾ ਅਚਾਰ ਹੈ ਜਿਹੜਾ ਆਪ ਸਪੈਸ਼ਲ ਮੇਕਿੰਗ ਕਰਦੇ ਨੇ ਇਹਦੀ, ਅਤੇ ਨਾਲ ਪਿਆਜ਼ ਹੈ ਜੀ। ਆਓ ਆਪਾਂ ਟੇਸਟ ਕਰਦੇ ਨਾਲ ਦੱਸਦੇ ਹਾਂ ਵੀ ਕਿੱਦਾਂ ਦੇ ਨੇ। ਆਹ ਦੇਖੋ ਇੱਕ ਵਾਰ, ਆਹ ਦੇਖ ਇੱਧਰ ਆਓ, ਕੈਮਰਾ ਇੱਧਰ ਲਿਆਓ। ਕਿਆ ਬਾਤ ਹੈ ਜੀ, ਆਹ ਦੇਖ ਸਕਦੇ ਹੋ ਓਇਲੀ ਨਹੀਂ ਹੈਗੇ ਇਹਨੇ, ਤਵੇ ਦੇ ਸੇਕੇ ਹੋਏ ਨੇ, ਇਹਦੇ ਅੰਦਰ ਫਿਲਿੰਗ ਵੀ ਕੀਤੀ ਜਾਂਦੀ ਹੈ। ਪਹਿਲਾਂ ਆਲੂ ਨਾ ਕਰਕੇ ਦੇਖ ਲੈਂਦੇ ਹਾਂ ਟੇਸਟ ਆਪਾਂ, ਥੋੜ੍ਹੀ ਜਿਹੀ ਗ੍ਰੀਨ ਚਟਨੀ ਲਵਾਂਗੇ ਇਹਨਾਂ ਦੀ, ਉੱਪਰ ਰੱਖਾਂਗੇ ਪਿਆਜ਼। ਕਿਆ ਜ਼ਬਰਦਸਤ ਟੇਸਟ ਆਲੂ ਦਾ, ਆਪਾਂ ਛੋਲੇ ਵੀ ਟੇਸਟ ਕਰਕੇ ਦੇਖਦੇ ਹਾਂ। ਕਿਆ ਗੱਲਬਾਤ ਹੈ ਯਾਰ ਛੋਲਿਆਂ ਦੇ ਵਿੱਚ, ਇਹਦਾ ਕੋਈ ਮੁਕਾਬਲਾ ਨਹੀਂ। ਇਹ ਛੋਲੇ ਹੀ ਨੇ, ਇਹ ਭਟੂਰੇ ਹੀ ਨੇ ਜਿਨ੍ਹਾਂ ਨੇ ਇਹਨਾਂ ਨੂੰ 25 ਸਾਲ ਹੋ ਗਏ ਇੱਥੇ ਇਹਨਾਂ ਨੂੰ ਜਮਾ ਕੇ ਰੱਖਿਆ ਹੋਇਆ, ਅਤੇ ਹੁਣ ਇਹਨਾਂ ਦੀ ਸਾਡੀ ਸਪੈਸ਼ਲ ਲੱਸੀ ਆ ਚੁੱਕੀ ਹੈ ਜਿਹੜੀ ਸਰ ਵੱਲੋਂ, ਅਤੇ ਆਓ ਆਪਾਂ ਵੀ ਦੇਖਦੇ ਹਾਂ ਕਿੱਦਾਂ ਦੀ ਹੈ ਜੀ। ਦੇਖ ਲਓ ਕਿੱਦਾਂ ਪੈਕ ਕਰਕੇ ਰੱਖੀ ਹੋਈ ਆ, ਆਪਾਂ ਅਨਬੋਕਸਿੰਗ ਕਰਦੇ ਸੀ। ਆਓ ਇਹਦਾ ਵੀ ਟੇਸਟ ਕਰਦੇ ਹਾਂ, ਦੱਸਦੇ ਹਾਂ ਕਿੱਦਾਂ ਦੀ ਹੈ ਜੀ।
ਕਿਆ ਬਾਤ ਆ ਸਰ, ਬਹੁਤ ਜ਼ਬਰਦਸਤ ਟੇਸਟ ਹੈ ਜੀ, ਇੰਨੀ ਸ਼ਾਨਦਾਰ ਲੱਸੀ ਹੈ ਨਾ। ਅਤੇ ਤੁਸੀਂ ਵੀ ਖਾਣਾ ਚਾਹੁੰਦੇ ਹੋ ਸਭ ਕੁਛ ਚੀਜ਼ਾਂ, ਤੁਹਾਨੂੰ ਆਉਣਾ ਪਵੇਗਾ ਓਬਰਾਏ ਸਪੈਸ਼ਲ ਘੰਟਾ ਘਰ ਚੌਂਕ, ਅਤੇ ਜਲਦੀ ਆਓ ਅਤੇ ਟੇਸਟ ਕਰੋ, ਨਾਲ ਸਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਦਾ ਟੇਸਟ ਲੱਗਿਆ। ਅਤੇ ਇਹੋ ਜੀ ਹੋਰ ਵੀਡੀਓਜ਼ ਵਾਸਤੇ ਫੋਲੋ ਕਰ ਲਓ ਸਿਟੀ ਹੈਡਲਾਈਨਸ। ਅਤੇ ਆਓ ਪਹਿਲਾਂ ਸਰ ਨੇ ਸਾਨੂੰ ਗੱਲ ਦੱਸੀ ਹੈ ਕਿ ਬਹੁਤ ਵਧੀਆ ਔਫਰ ਵੀ ਲੈ ਕੇ ਨਾ ਸਰ, ਇੱਕ ਸਾਨੂੰ ਔਫਰ ਦੱਸੋ ਲਿਖ 10 ਪਲੇਟਾਂ 1 ਪਲੇਟ ਫਰੀ, ਯਾਨੀ ਕਿ 10 ਪਲੇਟਾਂ ਨਾਲ ਜਿਹੜਾ ਉਹਨਾਂ 10 ਪਲੇਟਾਂ ਲਊਗਾ ਉਹਨੇ 1 ਪਲੇਟ ਫਰੀ ਦੇ ਰਹੇ ਨਾਲ, 2 ਫਰੀ, 3 ਨਾਲ 3 ਫਰੀ। ਅੱਛਾ ਮੀਨਸ ਹਰ 10 ਨਾਲ 1 ਪਲੇਟ ਫਰੀ ਹੈ। ਤੇ ਸਰ ਇੱਕ ਵਾਰ ਨਾ ਸਾਨੂੰ ਲੋਕੇਸ਼ਨ ਦੱਸ ਦਿਓ ਜੇ ਬੰਦੇ ਨੇ। ਸਾਡੀ ਹੈਗੀ ਹੈ ਘੰਟਾ ਘਰ ਔਰ ਕੁਮਾਰ, ਘੰਟਾ ਘਰ ਔਰ ਮਾਤਾ ਰਾਣੀ ਚੌਂਕ ਦੇ ਬਿਲਕੁਲ ਵਿੱਚ ਮਿਨਰਵਾ ਮਾਰਕੀਟ ਦੀ ਮੂਰਲੀ ਦੁਕਾਨ ਹੈ।